ਲਓ ਜੀ, ਆ ਗਈ ਜੀ ਤੁਹਾਡੇ ਵਾਸਤੇ ਇੱਕ ਨਵੀਂ ਆਈਟਮ ਤਿਆਰ ਹੋ ਕੇ। ਅੱਜ ਜਿਹੜੀ ਆਪਾਂ ਚੀਜ਼ ਲੈ ਕੇ ਆਏ ਹਾਂ ਤੁਹਾਡੇ ਵਾਸਤੇ, ਬੱਚਿਓ ਮੈਂ ਕਹਿੰਦੀ ਆਹ ਕਿਆ ਬਾਤਾਂ ਨੇ, ਹੈ ਨਾ। ਤੁਸੀਂ ਅਗਰ ਇੱਕ ਵਾਰੀ ਖਾਓਗੇ ਨਾ ਤਾਂ ਉਂਗਲਾਂ ਚੱਟਦੇ ਰਹਿ ਜਾਓਗੇ ਸਾਰੇ, ਮਤਲਬ ਕਿ ਮਠਿਆਈਆਂ ਇਹਦੇ ਅੱਗੇ ਨੇ ਫੇਲ ਜੀ। ਅਤੇ ਆਪਾਂ ਤੁਹਾਨੂੰ ਸਾਰਾ ਕੁਛ ਬਣਾਉਣਾ ਦੱਸਦੇ ਹਾਂ, ਅਤੇ ਆਪਾਂ ਇਹ ਵੀ ਦੱਸਦੇ ਹਾਂ ਵੀ ਆਪਾਂ ਤਿਆਰ ਕੀ ਕੀਤਾ ਹੈਗਾ, ਹੈ ਨਾ। ਤੁਹਾਨੂੰ ਹੁਣ ਐਂ ਲੱਗਿਆ ਪਿਆ ਹੋਣਾ ਵੀ ਅੱਜ ਸਾਡੀ ਆਂਟੀ ਕੀ ਲੈ ਕੇ ਆਈ, ਆ ਜਾਓ ਮੈਂ ਤੁਹਾਨੂੰ ਦੱਸਦੀ ਹਾਂ ਵੀ ਕੀ ਹੈ ਇਹ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ 2 ਚਮਚੇ ਮਲਾਈ ਦੇ ਨਾਲ ਆਪਾਂ ਨਾਰੀਅਲ ਦੀ ਬਰਫੀ ਕਿਵੇਂ ਤਿਆਰ ਕਰਨੀ ਹੈ। ਨਾ ਆਪਾਂ ਨੂੰ ਇਹਦੇ ਵਿੱਚ ਖੋਏ ਦੀ ਜ਼ਰੂਰਤ ਹੈ ਜੀ, ਨਾ ਆਪਾਂ ਨੂੰ ਇਹਦੇ ਵਿੱਚ ਸੁੱਕਾ ਦੁੱਧ ਪਾਉਣਾ। ਅਤੇ ਆਪਾਂ ਨਾਰੀਅਲ ਦੀ ਬਰਫੀ ਤਾਂ ਬਾਜ਼ਾਰੋਂ ਬਹੁਤ ਲਿਆ ਕੇ ਖਾਂਦੇ, ਰੰਗ ਬਿਰੰਗੀ ਤਰ੍ਹਾਂ ਤਰ੍ਹਾਂ ਦੀ ਲਿਆ ਕੇ ਖਾਂਦੇ ਹਾਂ ਜੀ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਆਪਾਂ ਅੱਜ ਕੇਸਰ ਦੇ ਨਾਲ ਤਿਆਰ ਕਰਨੀ ਹੈ ਜੀ। 2 ਚਮਚੇ ਸਿਰਫ ਮਲਾਈ ਦੇ ਪਾ ਕੇ ਨਾਰੀਅਲ ਦੀ ਬਰਫੀ ਤਿਆਰ ਕਰਨੀ, ਜਿਹੜੀ ਕਿ ਬੱਚੇ ਖਾਂਦੇ ਆ ਉਂਗਲਾਂ ਚੱਟਦੇ ਰਹਿ ਜਾਂਦੇ ਜੀ। ਅਤੇ ਤੁਸੀਂ ਵੀ ਬਣਾ ਕੇ ਖਾਓ ਅਤੇ ਆਓ, ਤੁਹਾਨੂੰ ਮੈਂ ਤਰੀਕਾ ਦੱਸਦੀ ਹਾਂ ਵੀ ਆਪਾਂ ਕਿਵੇਂ ਬਣਾਉਂਦੇ ਹਾਂ। ਲਓ ਜੀ, ਆਪਾਂ ਕਰ ਲਿਆ ਸਮਾਨ ਇਕੱਠਾ ਇਹਦੇ ਵਾਸਤੇ। ਆਹ ਚੱਕੋ ਜੀ, ਪਿੱਤਲ ਦਾ ਲਿਆ ਟੋਪੀਆ, ਅਤੇ ਇਹਦੇ ਵਿੱਚ ਪਾ ਲਿਆ ਆਪਾਂ ਨਿੱਕੀ ਗਲਾਸੀ ਦੁੱਧ ਦੀ, ਠੀਕ ਹੈ ਜੀ। ਇਹਦੇ ਵਿੱਚ ਹੁਣ ਆਪਾਂ ਦੁੱਧ ਪਾ ਲਿਆ, ਅਤੇ ਇਹਦੇ ਵਿੱਚ ਪਾਉਣਾ ਜੀ ਆਪਾਂ ਕੇਸਰ, ਕੇਸਰ ਪਾਉਣਾ ਥੋੜ੍ਹਾ ਜਿਹਾ ਆਪਾਂ, ਯਾਨੀ ਕਿ ਆਪਾਂ ਕੇਸਰ ਵਾਲੀ ਬਰਫੀ ਬਣਾਉਣੀ ਹੈ ਜੀ। ਅਤੇ ਉਹ ਕਿਵੇਂ ਬਣਾਉਣੀ ਹੈ ਸਾਰਾ ਕੁਛ ਤੁਹਾਨੂੰ ਦਿਖਾਵਾਂਗੇ। ਆਹ ਲਓ ਜੀ ਕੇਸਰ, ਕੇਸਰ ਆਪਾਂ ਥੋੜ੍ਹਾ ਜਿਹਾ ਚੱਕਣਾ ਹੈਗਾ, ਅਤੇ ਇਹਨੂੰ ਆਪਾਂ ਦੁੱਧ 'ਚ ਪਾ ਲੈਣਾ ਹੈਗਾ ਜੀ, ਠੀਕ ਹੈ ਜੀ। ਆਹ ਦੇਖੋ ਤੁਸੀਂ, ਆਪਾਂ ਇੰਨਾ ਕੁ ਕੇਸਰ ਲੈ ਲਿਆ, ਅਤੇ ਇਹਨੂੰ ਆਪਾਂ ਪਾ ਤਾ ਦੁੱਧ ਦੇ ਵਿੱਚ, ਅਤੇ ਦੁੱਧ 'ਚ ਹੁਣ ਇਹਨੂੰ ਆਊਗਾ ਜੀ ਉਬਾਲਾ। ਇਹਨੇ ਆਪਦਾ ਰੰਗ ਦੇ ਦੇਣਾ ਹੈਗਾ ਕੇਸਰ ਨੇ, ਇਹਨੇ ਹੌਲੀ ਹੌਲੀ ਰਿੱਝੀ ਜਾਣਾ। ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਿਓ ਜੀ, ਕੇਸਰ ਅਗਰ ਮਾੜਾ ਹੋਵੇ ਨਾ ਤਾਂ ਉਹ ਇੱਕਦਮ ਰੰਗ ਦੇ ਦਿੰਦਾ ਹੈਗਾ, ਅਤੇ ਇਹਨੇ ਹੌਲੀ ਹੌਲੀ ਰੰਗ ਦੇਣਾ, ਅਤੇ ਇਹਦਾ ਮਤਲਬ ਇਹ ਅਸਲੀ ਹੈ ਜੀ ਕੇਸਰ। 1 ਕੱਪ ਆਪਾਂ ਦੁੱਧ ਦਾ ਲੈ ਲਿਆ ਜੀ ਛੋਟਾ, ਅਤੇ 19 ਕੱਪ ਲੈ ਲਈ ਜੀ ਚੀਨੀ ਇਹਦੇ ਵਾਸਤੇ। ਜਿੰਨਾ ਆਪਾਂ ਦੁੱਧ ਲਿਆ ਅਤੇ ਓਨੀ ਆਪਾਂ ਨਾਲ ਚੀਨੀ ਲੈ ਲੈਣੀ ਹੈ ਜੀ, ਇਹ ਇੱਕੋ ਜਿਹੀ ਮਾਤਰਾ 'ਚ ਲੈਣੇ ਆ ਆਪਾਂ। ਜਦੋਂ ਵੀ ਕੁਛ ਬਣਾਉਣਾ, ਮਤਲਬ ਆਪਾਂ ਇਹ ਬਰਫੀ ਬਣਾਉਣੀ ਆ, ਤਾਂ ਉਦੋਂ ਇੱਕੋ ਜਿਹੀ ਮਾਤਰਾ 'ਚ ਲੈ ਲੈਣੇ ਜੀ। ਥੋੜ੍ਹਾ ਜਿਹਾ 1/2 ਕੱਪ ਆਪਾਂ ਦੁੱਧ ਦਾ ਲੈ ਲਿਆ ਜੀ, ਅਤੇ ਉੱਧਰੋਂ ਆਪਣਾ ਆਹ ਦੁੱਧ ਵੀ ਉੱਬਣ ਲੱਗ ਗਿਆ ਭਾਈ ਕੁੜੀਓ। ਆ ਦੇਖੋ ਤੁਸੀਂ, ਹੁਣ ਇਹਨੇ ਆਪਦਾ ਕਲਰ ਦੇਣਾ ਕੇਸਰ ਦਾ, ਹੈ ਨਾ। ਕੇਸਰ ਦਾ ਤਾਂ ਨਾਂ ਲਏ ਤਾਂ ਰੂਹ ਖਿੜ ਜਾਂਦੀ ਹੈ ਆਪਣੀ, ਅਤੇ ਜਦੋਂ ਆਪਾਂ ਇਹਦੀ ਮਠਿਆਈ ਬਣਾ ਕੇ ਖਾਵਾਂਗੇ ਤਾਂ ਉਦੋਂ ਤਾਂ ਫਿਰ ਉਦੋਂ ਵੀ ਜ਼ਿਆਦਾ ਸਵਾਦ ਆਊਗਾ, ਹੈ ਨਾ। ਆਹ ਦੇਖੋ ਤੁਸੀਂ, ਰਿੱਝੀ ਜਾਂਦਾ ਹੈਗਾ ਇਹ, ਅਤੇ ਇਹਨੇ ਕਿੱਡਾ ਸੋਹਣਾ ਕਲਰ ਲਿਆਂਦਾ। ਆਹ ਦੇਖੋ ਤੁਸੀਂ ਕਿੱਡਾ ਸੋਹਣਾ ਕਲਰ ਹੈ ਜੀ ਇਹਦਾ, ਵਧੀਆ ਇਹ ਰਿੱਝਣ ਲੱਗ ਗਿਆ। ਅਤੇ ਦੂਜੇ ਪਾਸੇ ਭਾਈ ਆਪਣੀ ਕੜਾਹੀ ਧਰੀ ਪਈ ਹੈ ਜਿਹੜੀ ਦੁੱਧ ਵਾਲੀ, ਅਤੇ ਉਹਦੇ ਵਿੱਚ ਪਾ ਲੈਣਾ ਹੈਗਾ ਜੀ ਆਪਾਂ ਜਿਹੜੀ ਖੰਡ ਰੱਖੀ ਸੀਗੀ, ਉਹ ਪਾ ਲੈਣੀ ਆਪਾਂ ਇਹਦੇ ਵਿੱਚ। ਆਹ ਦੇਖੋ ਜੀ, ਤੁਸੀਂ ਹੁਣ ਪਾ ਲਈ ਆਪਾਂ ਖੰਡ ਇਹਦੇ ਵਿੱਚ। ਆਹ ਖੰਡ ਪਾ ਕੇ ਜੀ, ਅਤੇ ਆਪਾਂ ਇਹਨੂੰ ਨਾ ਕੜਛੀ ਮਾਰ ਦੇਣੀ ਹੈ, ਯਾਨੀ ਕਿ ਵਿੱਚ ਘੋਲ ਦੇਣਾ, ਇਹਨੇ ਤਿਆਰ ਹੋ ਜਾਣਾ, ਅਤੇ ਉੱਧਰ ਆਪਣਾ ਦੁੱਧ ਵਧੀਆ ਬਣ ਗਿਆ। ਦੇਖੋ ਤੁਸੀਂ ਕਿਆ ਬਾਤਾਂ ਨੇ, ਹੈ ਨਾ, ਕਿਵੇਂ ਪੀਲਾ ਪੀਲਾ ਹੋਇਆ ਪਿਆ, ਰੰਗ ਕਿੱਡਾ ਸੋਹਣਾ ਬਣ ਗਿਆ। ਮੇਰਾ ਤਾਂ ਜੀ ਕਰਦਾ ਇਹ 'ਚ ਮਾੜਾ ਜਿਹਾ ਮਿੱਠਾ ਪਾਵਾਂ ਅਤੇ ਐਂ ਘੁੱਟਾਂ ਭਰ ਲਾਂ। ਚੱਲ ਕੋਈ ਨਹੀਂ, ਤੁਹਾਨੂੰ ਬਰਫੀ ਵੀ ਸਿਖਾਉਣੀ ਹੈਗੀ ਆ ਬਣਾਉਣੀ, ਹੈ ਨਾ, ਮੈਂ ਤਾਂ ਫਿਰ ਵੀ ਪੀ ਲੂੰਗੀ। ਕੋਈ ਨਹੀਂ, ਤੁਸੀਂ ਪਹਿਲਾਂ ਬਰਫੀ ਸਿੱਖੋ ਕੁੜੀਓ, ਬਣਾਓ ਘਰੇ ਅਤੇ ਜਵਾਕਾਂ ਨੂੰ ਖਵਾਓ ਭਾਈ। ਅਤੇ ਆਹ ਦੇਖੋ ਤੁਸੀਂ, ਦੁੱਧ ਨੂੰ ਦੇ ਵਿੱਚ ਆਪਾਂ ਇਹਨੂੰ ਖੰਡ ਨੂੰ ਖੋਰ ਦੇਣਾ, ਅਤੇ ਇਹਨੇ ਦੁੱਧ ਨੇ ਐਂ ਬਣ ਜਾਣਾ ਜਿਵੇਂ ਪਾਣੀ ਧਾਣੀ ਜਿਹਾ ਹੁੰਦਾ ਹੈਗਾ, ਹੈ ਨਾ। ਇਹ ਖੰਡ ਆਪਦਾ ਪਾਣੀ ਜਿਹਾ ਛੱਡ ਦਿੰਦੀ ਹੈਗੀ ਹੈ, ਮਿੱਠਾ ਜਿਹੜਾ ਹੁੰਦਾ ਨਾ, ਅਤੇ ਪਾਣੀ ਜਿਹਾ ਛੱਡ ਦਿੰਦਾ, ਅਤੇ ਉਸ ਤੋਂ ਬਾਅਦ ਹੋਰ ਹੀ ਦੁੱਧ ਦਾ ਡਿਜ਼ਾਇਨ ਜਿਹਾ ਬਣ ਜਾਂਦਾ ਭਾਈ। ਆਹ ਦੇਖੋ ਦੁੱਧ ਦੇ ਵਿੱਚ ਘੁਲ ਗਿਆ, ਹੁਣ ਇਹ ਘੁਲ ਕੇ ਅਤੇ ਕਿਵੇਂ ਬਣ ਗਿਆ, ਹੁਣ ਇਹ ਪਾਣੀ ਜਿਹਾ ਐਂ ਲੱਗਦਾ ਜਿਵੇਂ ਨਿਰਾ ਪਾਣੀ ਹੁੰਦਾ ਹੈਗਾ, ਵੀ ਦੁੱਧ ਹੈ ਨਹੀਂ ਗਾ ਇਹਦੇ ਵਿੱਚ। ਆਹ ਦੇਖਿਓ ਤੁਸੀਂ ਕਿਵੇਂ ਝੱਗ ਜੀ ਬਣ ਗਈ, ਹੈ ਨਾ। ਇਹਨੇ ਹੁਣ ਤਿਆਰ ਹੋ ਜਾਣਾ ਹੌਲੀ ਹੌਲੀ, ਉਹਨਾਂ ਚਿਰ ਇਹਨੂੰ ਆਪਾਂ ਪਕਾਈ ਜਾਣਾ ਜਿੰਨਾ ਚਿਰ ਇਹ ਪੂਰਾ ਸੰਘਣਾ ਨਹੀਂ ਹੁੰਦਾ। ਜਦੋਂ ਇਹ ਪੂਰਾ ਸੰਘਣਾ ਹੋ ਗਿਆ ਫਿਰ ਦੇਖਿਓ ਇਹ ਕਿਵੇਂ ਬਣਦਾ ਹੈਗਾ। ਆਹ ਦੇਖੋ ਤੁਸੀਂ, ਠੀਕ ਹੈ ਜੀ। ਆਹ ਦੇਖੋ ਪੂਰਾ ਸੰਘਣਾ ਹੋ ਗਿਆ ਹੁਣ ਇਹ, ਅਤੇ ਇਹ ਹੋ ਗਿਆ ਜੀ ਤਿਆਰ। ਅਤੇ ਇਹਨੂੰ ਹੁਣ ਆਪਾਂ ਕੀ ਕਰਨਾ ਨਾ, ਇਹਦੇ ਵਾਸਤੇ ਹਜੇ ਦੂਜਾ ਦੁੱਧ ਵੀ ਪਾਉਣਾ ਨਾ ਜਿਹੜਾ ਕੇਸਰ ਵਾਲਾ,
ਇਹ ਤਾਂ ਹੁਣ ਸੰਘਣਾ ਜਿਹਾ ਹੋਣ ਲੱਗ ਗਿਆ। ਹੁਣ ਆਪਣੇ ਚੱਕੋ ਜੀ ਤੁਸੀਂ ਆਹ ਕੇਸਰ ਵਾਲਾ ਦੁੱਧ ਟੋਪੀਆ ਚੱਕੋ ਅਤੇ ਇਹਦੇ ਵਿੱਚ ਭਾਈ ਪਾਓ ਤੁਸੀਂ। ਅਜੇ ਇਹਨੂੰ ਵੀ ਸੰਘਣਾ ਕਰਨਾ ਆਪਾਂ, ਆਹ ਦੇਖੋ ਆਹ ਗਾੜਾ ਹੋਣ ਲੱਗ ਗਿਆ ਅਤੇ ਹੁਣ ਇਹਨੂੰ ਪਾ ਦਿਓ ਜੀ ਵਿੱਚ ਕੇਸਰ ਵਾਲੇ ਦੁੱਧ ਨੂੰ। ਤੁਸੀਂ ਕੇਸਰ ਵਾਲਾ ਦੁੱਧ ਦਿੱਤਾ ਆਪਾਂ ਪਾ ਵਿੱਚ ਇਹਦੇ, ਅਤੇ ਹੁਣ ਫਿਰ ਤੁਸੀਂ ਇਹਦੇ ਵਿੱਚ ਮਸਾਦ ਮਾਰਨਾ ਸ਼ੁਰੂ ਕਰ ਦਿਓ। ਠੀਕ ਹੈ ਜੀ, ਕੰਮ ਇਹ ਸੌਖਾ ਹੀ ਆ ਕੁੜੀਓ। ਆਹ ਜਿਹੜਾ ਕੇਸਰ ਕੁਸਰ ਪਿਆ ਵਿੱਚ ਇਹਨੂੰ ਵੀ ਕੱਢ ਲਓ ਤੁਸੀਂ ਹੁਣ। ਇਹ ਬਾਹਲਾ ਕੰਮ ਸੌਖਾ ਹੈ ਅਤੇ ਮਠਿਆਈ ਬਣਦੀ ਵੀ ਬੜੀ ਸਵਾਦ ਹੈ, ਕਿਉਂਕਿ ਆਪਾਂ ਰੰਗ ਬਿਰੰਗੀ ਬਾਜ਼ਾਰੋਂ ਵੀ ਲਿਆ ਕੇ ਖਾਂਦੇ ਹਾਂ, ਅਤੇ ਇਹ ਤਾਂ ਨਿਰੇ ਕੇਸਰ ਦੀ ਹੈ ਜੀ। ਕੇਸਰ ਬਹੁਤ ਵਧੀਆ ਚੀਜ਼ ਹੁੰਦੀ ਹੈ, ਅਤੇ ਥੋੜ੍ਹਾ ਜਿਹਾ ਪਾਉਣਾ ਹੁੰਦਾ ਅਤੇ ਦੇਖੋ ਕਿੱਡਾ ਸੋਹਣਾ ਕਲਰ ਲੈ ਕੇ ਆਇਆ, ਪੀਲਾ ਪੀਲਾ ਇਹ ਨਾ, ਅਤੇ ਦੇਖਣ ਨੂੰ ਐਂ ਲੱਗਦਾ ਜਿਵੇਂ ਆਪਾਂ ਕਸਟਰਡ ਬਣਾਇਆ ਹੁੰਦਾ। ਆਹ ਦੇਖੋ ਤੁਸੀਂ ਇਹ ਹੋ ਗਿਆ ਜੀ ਤਿਆਰ, ਆਹ ਦੇਖੋ ਵਧੀਆ ਹੋ ਗਿਆ, ਸੰਘਣਾ ਬਣ ਜਾਣਾ ਜੀ ਇਹਨੇ ਪੂਰਾ। ਜਦੋਂ ਪੂਰਾ ਸੰਘਣਾ ਬਣ ਗਿਆ ਦੇਖੋ ਕਿੱਡਾ ਸੋਹਣਾ ਕਲਰ ਹੈ ਇਹਦਾ, ਅਤੇ ਆਪਾਂ ਪਾ ਦੇਣਾ ਜੀ ਹੁਣ ਨਾਰੀਅਲ ਦਾ ਬਰਾਦਾ। ਨਾਰੀਅਲ ਦਾ ਬਰਾਦਾ ਆਪਾਂ ਕਿੰਨਾ ਪਾਉਣਾ ਇਹਦੇ ਵਿੱਚ, ਆਪਾਂ ਇਹ ਚੌਗਣੀ ਮਾਤਰਾ 'ਚ ਪਾਉਣਾ ਜੀ, ਜਿੰਨਾ ਕੁ ਮਤਲਬ ਅੱਧਾ ਅੱਧਾ ਕੱਪ ਆਪਣਾ ਸੀਗਾ ਨਾ ਉਹਦਾ ਚੀਨੀ ਦਾ ਅਤੇ ਦੁੱਧ ਦਾ, ਇਹ ਚੌਗਣੀ ਮਾਤਰਾ 'ਚ ਪਾਉਣਾ ਆਪਾਂ, ਇਹ 3 ਗੁਣਾ ਜ਼ਿਆਦਾ ਪਾਉਣਾ ਜੀ ਆਪਾਂ। ਇਹ ਦੇਖੋ ਮਿਲ ਗਿਆ ਵਧੀਆ। ਹੁਣ ਜਿਹੜੀ ਮੇਨ ਚੀਜ਼ ਹੈ ਇਹਦੇ ਵਿੱਚ ਮਲਾਈ ਪਾਉਣੀ ਹੈ, ਉਹ ਆਪਾਂ ਕਦੋਂ ਪਾਉਣੀ ਹੈ, ਜਦੋਂ ਇਹ ਵਧੀਆ ਤਿਆਰ ਹੋਣ ਲੱਗ ਗਿਆ। ਇਹਨੇ ਹੁਣ ਵਧੀਆ ਤਿਆਰ ਹੋ ਗਿਆ, ਇਹਨੇ ਰਲ ਮਿਲ ਜਾਣਾ, ਵਿੱਚ ਘੁਲ ਜਾਣਾ ਜੀ, ਅਤੇ ਹੁਣ ਆਪਾਂ ਚੱਕਾਂਗੇ ਮਲਾਈ ਅਤੇ ਇਹਦੇ ਵਿੱਚ ਪਾਵਾਂਗੇ। ਠੀਕ ਹੈ ਜੀ, ਮਲਾਈ ਆਪਣੇ ਕੋਲ ਦੁੱਧ ਤੋਂ ਲਾਈ ਪਈ ਹੈਗੀ ਹੈ, ਅਤੇ ਉਹ ਮਲਾਈ ਆਪਾਂ ਭਰਿਆ ਚਮਚਾ ਅਤੇ ਭਾਈ ਇਹਦੇ ਵਿੱਚ ਪਾਤਾ। ਠੀਕ ਹੈ ਜੀ, ਆਪਾਂ ਹੋਰ ਚਮਚਾ ਭਰ ਲਾਂਗੇ ਥੋੜ੍ਹਾ ਜਿਹਾ, ਜਾਣੀ ਕਿ ਦੂਜੇ ਛੋਟੇ 2 ਚਮਚੇ ਹੋਣੇ ਚਾਹੀਦੇ, ਬਾਹਲੀ ਨਹੀਂ, ਬਾਹਲੀ ਤਾਂ ਫਿਰ ਘਿਓ ਜ਼ਿਆਦਾ ਛੱਡ ਦੂ ਇਹ। ਆਹ ਦੇਖੋ ਤੁਸੀਂ ਹੁਣ ਆਪਾਂ ਇਹਦੇ ਵਿੱਚ ਰਲਾਤੀ ਜੀ ਮਲਾਈ। ਠੀਕ ਹੈ ਜੀ, ਆਹ ਮਲਾਈ ਰਲਾਤੀ ਅਤੇ ਵਿੱਚੇ ਆਪਣੇ ਕੇਸਰ ਤੁਰਿਆ ਫਿਰਦਾ ਭਾਈ, ਵਿੱਚੇ ਆਪਣੇ ਸਾਰਾ ਕੁਛ ਇਹ ਹੋ ਗਿਆ, ਸਾਰਾ ਕੁ ਸਮਾਨ ਜਿਹਾ ਇਕੱਠਾ ਹੋ ਗਿਆ, ਅਤੇ ਹੁਣ ਆਪਾਂ ਇਹਨੂੰ ਰਲਾ ਕੇ ਚੰਗੀ ਤਰ੍ਹਾਂ ਵਧੀਆ ਤਿਆਰ ਕਰਕੇ, ਵਧੀਆ ਮਲਾਈ ਨੂੰ ਮਿਕਸ ਕਰਕੇ ਇੱਕ ਜਾਨ ਕਰਕੇ ਇਹਨੂੰ, ਹੈ ਨਾ, ਇੱਕ ਜਾਨ ਕਰਕੇ ਵਧੀਆ ਚੰਗੀ ਤਰ੍ਹਾਂ, ਅਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ ਜੀ, ਆਪਣੇ ਚੱਕੋ ਤੁਸੀਂ ਕੋਈ ਡੱਬਾ ਭਾਲ ਲਓ ਚੌਰ ਸਾਹਿਬ, ਮੇਰੇ ਕੋਲ ਡੱਬਾ ਪਿਆ ਸੀ, ਅਤੇ ਉੱਤੇ ਭਾਈ ਆਹ ਕੀ ਕਹਿੰਦੇ ਹੁੰਦੇ ਇਹਨੂੰ, ਬਟਰ ਪੇਪਰ, ਬਟਰ ਤਾਂ ਕਿਹੜਾ ਇਹਦੇ ਲੱਗਿਆ ਹੁੰਦਾ, ਹੁੰਦਾ ਤਾਂ ਖੁਸ਼ਕ ਆ ਵਿਚਾਰਾ ਇਹ, ਅਤੇ ਗੱਲ ਕਰ ਇਹਨੂੰ ਬਟਰ ਪੇਪਰ ਹੀ ਬੋਲਦੇ ਆ, ਅਤੇ ਉਵੇਂ ਮੈਂ ਬੋਲਤਾ, ਅਤੇ ਆਹ ਭਾਈ ਡੱਬਾ ਭਰ ਦਿਓ ਤੁਸੀਂ ਆਹ ਸਮਾਨ ਦਾ। ਠੀਕ ਹੈ, ਸਮਾਨ ਦਾ ਭਰ ਕੇ ਇਹਨੂੰ ਚੰਗੀ ਤਰ੍ਹਾਂ ਤੁਸੀਂ, ਅਤੇ ਇਹਨੂੰ ਨੱਪ ਘੁੱਟ ਕੇ ਅਤੇ ਰੱਖ ਦਿਓ। ਆਹ ਲਓ ਜੀ, ਹੁਣ ਇਹਨੂੰ ਆਪਾਂ ਕਰਤਾ ਜੀ ਸਾਰਾ ਵਧੀਆ ਪੱਧਰਾ, ਪੱਧਰਾ ਕਰਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ, ਉੱਤੇ ਆਹ ਵੇਖੋ ਕਿਵੇਂ ਕੇਸਰ ਚਮਕੀ ਜਾਂਦਾ, ਅਤੇ ਹੁਣ ਭਾਈ ਆਪਾਂ ਚੱਲਾਂਗੇ ਇਹਨੂੰ ਰੱਖਾਂਗੇ ਜਿੱਥੇ ਸੰਭਾਲ ਕੇ ਆਪਣੇ ਫਰਿੱਜ ਕੋਲ। ਠੀਕ ਹੈ ਜੀ, ਆਪਾਂ ਗਏ ਫਰਿੱਜ ਕੋਲ, ਅਤੇ ਆਹ ਲਓ ਜੀ ਚੱਕੋ ਫਿਰ ਤੁਸੀਂ, ਅਤੇ ਆਪਾਂ ਇਹਨੂੰ ਧਰਤਾ ਤਾਹਾਂ ਵਿਚਾਰੇ ਨੂੰ ਠੰਡੇ ਥਾਂ 'ਤੇ, ਜਿੱਥੇ ਕਿ ਇਹ ਛੇਤੀ ਛੇਤੀ ਠੰਡਾ ਹੋ ਜਾਵੇ, ਜੰਮ ਜਾਵੇ, ਅਤੇ ਇਹਨੂੰ ਮੈਂ ਕੱਟਾਂ ਵੱਢਾਂ ਅਤੇ ਖਾਵਾਂ। ਠੀਕ ਹੈ ਜੀ, ਆਪਾਂ ਹੁਣ ਇਹਦੇ ਵਿੱਚ ਦਿੱਤਾ ਸੰਭਾਲ, ਅਤੇ ਆਹ ਲਓ ਚੱਕੋ ਜੀ, ਅਤੇ ਇਹ ਹੁਣ ਹੋ ਗਿਆ ਜੀ ਠੰਡਾ, ਪੂਰਾ ਠੰਡਾ ਕੱਢ ਲਿਆਂਦਾ ਆਪਾਂ ਇਹਨੂੰ ਫਰਿੱਜ ਦੇ ਵਿੱਚੋਂ, ਅਤੇ ਆਹ ਦੇਖੋ ਜੀ ਹੁਣ ਆਪਾਂ ਵੀ ਹਲਵਾਈਆਂ ਵਾਲਾ ਕੰਮ ਕਰ ਦੇਣਾ, ਇਹਦੀ ਵੱਡਾ ਟੁੱਕੀ ਜੀ ਇਹ ਕੱਟਾ ਵੱਢੀ ਆਪਾਂ ਕਰ ਦੇਣੀ ਹੈਗੀ ਆ। ਠੀਕ ਹੈ ਜੀ, ਆਹ ਲਓ ਜੀ ਆਪਾਂ ਹੁਣ ਇਹਨੂੰ ਕੱਟਤਾ ਇਹਦੇ ਨਾਲ ਕਰਦ ਨਾਲ, ਕਰਦ ਨਾਲ ਕੱਟ ਕੇ ਜੀ ਆਪਾਂ ਬਣਾ ਤੇ ਪੀਸ, ਹੈ ਨਾ, ਪੀਸ ਆਪਾਂ ਨੂੰ ਉਹੋ ਜਿਹੇ ਨਹੀਂ ਬਣਾਉਣੇ ਆਉਂਦੇ ਜਿਹੜੇ ਹਲਵਾਈ ਬਣਾਉਂਦੇ ਆ। ਚੱਲ ਕੋਈ ਨਹੀਂ, ਕੋਸ਼ਿਸ਼ ਕਰਿਆ ਕਰੋ ਤੁਸੀਂ, ਹੈ ਨਾ, ਆ ਮੈਂ ਕਰੀ ਜਾਂਦੀ ਆਈ ਤੁਸੀਂ ਬਣਾ ਲਿਆ ਕਰੋ, ਜਦੋਂ ਸਵਾਦ ਲੱਗਣਗੇ ਉਦੋਂ ਆਪਾਂ ਨੂੰ ਪੀਸ ਉਸਦੀ ਯਾਦ ਰਹਿਣੀ ਵੀ ਇਹਨਾਂ ਦੇ ਕੀ ਬਣ ਗਿਆ ਤੇ ਕੀ ਨਾ ਬਣ ਗਿਆ, ਹੈ ਨਾ, ਜ਼ਖਮ ਹੋਏ ਪਏ ਨੇ ਬਾੜੇ, ਸੋਚਿਆ ਹੋਇਆ ਫਿਰ ਅਸੀਂ ਇਹਦੇ ਬਣ ਕਰਾਈ ਜਾਂਦੀ ਪੀਸ, ਹੁਣ ਆਪਾਂ ਇਹਨਾਂ ਨੂੰ ਤੁਸੀਂ ਦੋ ਦਿਨ ਹਵਾ ਲਾਓ ਵੀ ਕੀ ਇਹਨਾਂ ਦਾ ਡਿਜ਼ਾਈਨ ਬਣ ਗਿਆ, ਬਾਕੀ ਤਾਂ ਮੈਂ ਲਾਉਣ ਲੱਗੀ ਜਦੋਂ ਤੇ ਹੋਰ ਅਸੀਂ ਸੋਹਣੇ ਨਾਲੇ ਖੱਟਾ ਖੱਟਾ ਰੰਗ ਬਣਿਆ ਇਹਨਾਂ ਦਾ, ਹੈ ਨਾ, ਆਪਾਂ ਹੁਣ ਇੱਕ ਪੀਸ ਚੱਕ ਲੈਂਦੇ ਹਾਂ, ਮੈਂ ਕਹਿੰਦੀ ਆਪਾਂ ਆਪ ਹੀ ਟੇਸਟ ਕਰ ਲਾਂਗੇ ਪਹਿਲਾਂ, ਅਤੇ ਆਹ ਦੇਖੋ ਤੁਸੀਂ ਬਣੀ ਦੇਖੋ ਕਿੱਡੀ ਵਧੀਆ, ਹੈ ਨਾ, ਦੇਖੋ ਕਿੱਡੀ ਵਧੀਆ ਲੱਗਦੀ ਹੈ ਨਾ ਬਜ਼ਾਰੂ ਵਾਂਗੂ। ਜੇ ਤੁਹਾਨੂੰ ਚੰਗੀ ਲੱਗੀ ਭਾਈ ਕੁੜੀਓ ਮੈਨੂੰ ਕਮੈਂਟ ਜ਼ਰੂਰ ਕਰ ਦਿਓ, ਭਾਈ ਵੀਰੋ ਤੁਸੀਂ ਵੀ ਬੱਚਿਓ, ਹੈ ਨਾ,
ਆ ਦੇਖੋ ਤੁਸੀਂ ਹੁਣ ਆਪਾਂ ਨੇ ਕੀ ਕੀਤਾ ਜੀ, ਇਹਦੇ ਵਿੱਚੋਂ ਆਪਾਂ ਨੇ ਚੱਕਿਆ ਪੀਸ, ਆ ਲਓ ਜੀ ਤੁਸੀਂ ਵੀ ਖਾਓ, ਆ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਈ ਜਾਂਦੀ ਆ ਆਪਾਂ ਇਹਨੂੰ ਕਰਨਾ ਹੈ ਜੀ, ਅੱਧਾ ਲੈਂਦੇ ਆ ਵੱਢ ਤੇ ਆਹ ਹਾ ਮੈਂ ਕਹਿੰਦੀ ਆਪਾਂ ਤਾਂ ਲਿਆ ਖਾ ਤੇ ਮੈਂ ਕਹਿੰਦੀ ਆ ਕਿਆ ਬਾਦਾਂ ਨੇ ਆ ਗਿਆ ਸਵਾਦ, ਹਨਾ ਤੁਸੀਂ ਵੀ ਆ ਜਾਓ ਜੀ ਖਾਓ ਤੇ ਠੀਕ ਹੈ ਜੀ, ਧੰਨਵਾਦ ਜੀ।